ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਸਕਰੀਨ ਐਂਟਰਟੇਨਮੈਂਟ ਚੈਨਲ ਤੇ ਮੈਂ ਹਾਂ ਤੁਹਾਡੀ ਹੋਸਟ ਸਿੰਦਰ ਸ਼ੇਰਗਿੱਲ ਆਓ ਸੰਦੇਹਾ ਅਰਵਿੰਦਰ ਪੱਟੇਹੋਂ ਤੋਂ ਫਿਲਮੀ ਖਬਰਾਂ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਸਕਰੀਨ ਐਂਟਰਟੇਨਮੈਂਟ ਦੇ ਫਰਾਈਡੇ ਸਪੈਸ਼ਲ ਬਲਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਅਰਵਿੰਦਰ ਸਿੰਪਟੀ ਪੇਸ਼ ਹਨ ਇਸ ਹਫਤੇ ਦੀਆਂ ਚੌਣਵੀਆਂ ਫਿਲਮੀ ਖਬਰਾਂ ਅੱਜ ਦੇ ਬ੍ਰਿਟਨ ਦੀ ਸ਼ੁਰੂਆਤ ਕਰਦੇ ਹਾਂ ਕੁਝ ਨਵੀਆਂ ਫਿਲਮਾਂ ਤੋਂ ਥਿੰਦ ਮੋਸ਼ਨ ਫਿਲਮਸ ਦੇ ਸਟੋਰੀਟਾਈਮ ਪ੍ਰੋਡਕਸ਼ਨਸ ਵੱਲੋਂ ਪੰਜਾਬੀ ਫਿਲਮ ਬਾਬੇ ਪੰਗੜਾ ਪਾਉਂਦੇ ਨੇ ਦਾ ਟ੍ਰੇਲਰ ਬੀਤੇ ਮੰਗਲਵਾਰ ਨੂੰ ਰਿਲੀਜ਼ ਕਰ ਦਿੱਤਾ ਗਿਆ ਜਿਸ ਨੂੰ ਕਿ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਨਰੇਸ਼ ਕਤੂਰੀਆ ਦੀ ਲਿਖੀ ਇਸ ਫਿਲਮ ਦੇ ਨਿਰਦੇਸ਼ਕ ਅਮਰਜੀਤ ਸਿੰਘ ਸਾਰੋਹਣ ਤੇ ਫਿਲਮ ਦੇ ਮੁੱਖ ਕਲਾਕਾਰਾਂ ਚ ਦਿਲਜੀਤ ਦਸਾਂਝ ਸਰਗੁਣ ਮਹਿਤਾ ਤੇ ਸੁਹੇਲ احمد ਦੇ ਨਾਂ ਸ਼ਾਮਲ ਨੇ ਆਉਣ ਵਾਲੇ 2023 ਨੂੰ ਆਉਣ ਵਾਲੀਆਂ ਪੰਜਾਬੀ ਫਿਲਮਾਂ ਦੀ ਲੜੀ 'ਚ ਇੱਕ ਹੋਰ ਪੰਜਾਬੀ ਫਿਲਮ ਦਾ ਨਾਂ ਸ਼ਾਮਲ ਹੋ ਗਿਆ ਪੋਪ ਕੌਰਨ ਪਿਕਚਰਸ ਦੇ ਬੈਨਰ ਹੇਠਾਂ ਵੱਲ ਰਹੀ ਫਿਲਮ ਭੋਲੇ ਉਹਦਾ ਪੋਸਟਰ ਜਾਰੀ ਕੀਤਾ ਗਿਆ ਇਸ ਫਿਲਮ 'ਚ ਭੋਲੇ ਦਾ ਕਿਰਦਾਰ ਜਗਜੀਤ ਸੰਧੂ ਵੱਲੋਂ ਨਿਭਾਇਆ ਜਾ ਰਿਹਾ ਨਵੀਨ ਜੈਠੀ ਤੇ ਸਰਵਜੀਤ ਖੇੜਾ ਦੀ ਲਿਖੀ ਫਿਲਮ ਕ੍ਰਾਈਮਨਲ ਅਲ ਜਿਨੈਮਾ ਕਰਾਚੀ ਰਿਲੀਜ਼ ਹੋਈ ਨਿਰਮਾਤਾ ਗਿੱਪੀ ਕਰੇਵਾਲ ਤੇ ਨਿਰਦੇਸ਼ਕ ਗ੍ਰਿੰਦਰ ਸਿੱਧੂ ਦੀ ਇਹ ਫਿਲਮ ਬੈਗ ਡੈਡੀ ਫਿਲਮ ਜੇ ਬੈਨਰ ਹਿੱਟ ਬਣੀ ਹੈ ਜਿਸ ਵਿੱਚ ਨਿਰੂ ਬਾਜਵਾ, ਪ੍ਰਿੰਸ ਕਵਲਜੀਤ ਸਿੰਘ, ਤੀਰਜ ਕੁਮਾਰ ਤੇ ਰਗਵੀਰ ਬੋਲੀ ਮੁੱਖ ਅਦਾਕਾਰ ਹਨ ਹੁਣ ਇਹ ਫਿਲਮ ਨਿਰਮਾਤਾਵਾਂ ਦੀਆਂ ਉਮੀਦਾਂ ਤੇ ਕਿੰਨੀ ਖਰੀ ਉਤਰਦੀ ਹੈ ਇਸ ਦਾ ਪਤਾ ਇਸ ਹਫਤੇ ਲੱਗੇਗਾ ਬਾਕੀ ਇਹਨਾਂ ਦੀ ਸਮੀਖਿਆ ਤੁਸੀਂ ਸਾਡੇ ਪੰਜਾਬੀ ਸਕਰੀਨ ਮੈਗਜ਼ੀਨ ਦੇ ਫੇਸਬੁੱਕ ਪੇਜ ਜਾਂ ਫਿਰ ਵੈਬਸਾਈਟ punjabiskreen.com ਤੇ ਪੜ੍ਹ ਸਕੋਗੇ ਇਸ ਦਿਨ ਵਾਲੇ 23 ਨਵੰਬਰ ਨੂੰ ਹੀ ਕੁਝ ਬਾਲੀਵੁੱਡ ਫਿਲਮਾਂ ਵੀ ਰਿਲੀਜ਼ ਹੋਈਆਂ ਜਿਨ੍ਹਾਂ ਚ ਇਸ਼ਕ ਪਸ਼ਮੀਨਾ, ਧੋਖਾ, ਰਾਉਂਡ ਲਕਰਰ ਤੇ ਚੁੱਪ ਵਰਗੀਆਂ ਫਿਲਮਾਂ ਦੇ ਨਾਮ ਸ਼ਾਮਲ ਨੇ ਹੁਣ ਗੱਲ ਕਰਦੇ ਹਾਂ OTT ਤੇ ਟੈਲੀਵਿਜ਼ਨ ਦੀ ਦੁਨੀਆ ਤੋਂ ਤਾਂ ਐਕਵਾ ਐਂਟਰਟੇਨਮੈਂਟ ਯੂਕੇ ਤੇ ਵੀਡੀਓ ਮਾਸਟਰਸ ਦੇ ਬੈਨਰ ਹੇਟ ਪਣੀ ਫਿਲਮ ਨਸੀਬ ਕੌਰ OTT ਪਲੇਟਫਾਰਮ ਚੋਪਾਲ ਤੇ ਰਿਲੀਜ਼ ਕਰ ਦਿੱਤੀ ਗਈ ਹੈ ਇਸ ਫਿਲਮ ਦਾ ਨਿਰਦੇਸ਼ਕ ਅਵਿਨਾਸ਼ ਬਨਾਲ ਹੈ ਜਦਕਿ ਕਹਾਣੀ ਰਾਜ ਕੁਮਾਰ ਤੁਰੀਦੀ ਹੈ ਦਰਸ਼ਕਾਂ ਵੱਲੋਂ ਇਸ ਫਿਲਮ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ PTC ਮੋਸ਼ਨ ਪਿਕਚਰਜ਼ ਦੇ ਬੈਨਰ ਹੇਠਾਂ ਬਣੀ ਫਿਲਮ ਬਾਗਿਆ ਦੀ ਤੀਜਾ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ। ਇਸ ਫਿਲਮ ਦੇ ਨਿਰਦੇਸ਼ਕ ਮੁਕੇਸ਼ ਗੋਤਮ ਹਨ ਤੇ ਇਹ ਫਿਲਮ 11 ਨਵੰਬਰ ਨੂੰ ਸਿਨੇਮਾ ਕਰਾਚ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਦੀ ਸਕ੍ਰਿਪਟ ਪਾਲੀ ਭੁਪਿੰਦਰ ਸਿੰਘ ਨੇ ਲਿਖੀ ਹੈ ਤੇ ਕ੍ਰੀਏਟਿਵ ਡਾਇਰੈਕਟਰ ਹਨ ਜਸਰਾਜ ਸਿੰਘ ਪੱਟੀ। ਸਾਫ ਫਿਲਮਸ ਪ੍ਰੋਡਕਸ਼ਨ ਦੇ ਬੈਨਰ ਹੇਠਾਂ ਬਣੀ ਪੰਜਾਬੀ ਫਿਲਮ ਛੱਲੇ ਮੁੰਦਿਆ ਵੀ OTT ਪਲੇਟਫਾਰਮ ਸੋਨੀ ਲਿਵ ਤੇ ਰਿਲੀਜ਼ ਕੀਤੀ ਗਈ ਹੈ। ਨਿਰਮਾਤਾ ਗੁਰ ਅਮਰਤ ਪਾਲ ਸਿੰਘ ਤੇ ਗੁਰਜੀਤ ਪਾਲ ਸਿੰਘ ਦੀ ਇਸ ਫਿਲਮ ਦੇ ਲੇਖਕ ਰਾਜੀਵ ਵਰਮਾ ਤੇ ਨਿਰਦੇਸ਼ਕ ਸੁਨੀਲ ਪੁਰੀ ਹਨ ਫਿਲਮ ਦੇ ਮੁੱਖ ਕਲਾਕਾਰਾਂ ਚ ਐਮੀ ਵਿਰਕ ਮੰਡੀ ਤਖੜ ਕੁਲਵਿੰਦਰ ਬਿੱਲਾ ਤੇ ਕਰਮਜੀਤ ਅਨਮੋਲ ਦੇ ਨਾਮ ਸ਼ਾਮਲ ਨੇ ਬਾਲੀਵੁੱਡ ਫਿਲਮ ਬਬਲੀ ਬੌਂਸਰ ਵੀ OTT ਪਲੇਟਫਾਰਮ ਡਿਜ਼ਨੀ ਹੌਟਸਟਾਰ ਤੇ ਰਿਲੀਜ਼ ਕਰ ਦਿੱਤੀ ਗਈ ਹੈ ਇਸ ਫਿਲਮ ਦੇ ਨਿਰਦੇਸ਼ਕ ਮਧੁਰ ਪੰਡਾਕਰ ਹਨ ਤੇ ਇਹ ਫਿਲਮ ਤਿੰਨ ਭਾਸ਼ਾਵਾਂ ਹਿੰਦੀ ਕਮਲ ਤੇ ਤੇਲਗੂ ਚ ਰਿਲੀਜ਼ ਕੀਤੀ ਗਈ ਹੈ ਫਿਲਮੀ ਖਬਰਾਂ ਅਜੇ ਹੋਰ ਵੀ ਨੇ ਪਰ ਇਸ ਤੋਂ ਪਹਿਲਾਂ ਸੁਣਦੇ ਹਾਂ ਅੱਜ ਦੇ ਮਹਿਮਾਨ ਸੁਰਿੰਦਰ ਫ੍ਰਿਸ਼ਤਾ ਉਰਫ ਕੁਲੇ ਸ਼ਾ ਕੋ ਕੰਮ ਦੀ ਗੱਲ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਰਿੰਦਰ ਫਿਸ਼ਤਾ ਕੁਲੇ ਸ਼ਾ ਅੱਜ ਕੰਮ ਦੀ ਗੱਲ ਇਹ ਹੈ ਤੁਹਾਨੂੰ ਪਤਾ ਵੀ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ ਮੋਬਾਈਲ ਫੋਨ ਆਇਆ ਹੈ ਮੋਬਾਈਲ ਫੋਨ ਆਉਣ ਨਾਲ ਬਹੁਤ ਸਾਰੀ ਚੀਜ਼ਾਂ ਖਤਮ ਹੋ ਗਈਆਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਚੀਜ਼ਾਂ ਖਤਮ ਹੋਣਗੀਆਂ ਮੋਬਾਈਲ ਆ ਗਿਆ ਟੈਲੀਗ੍ਰਾਮ ਆ ਖਤਮ ਮੋਬਾਈਲ ਆ ਗਿਆ ਚਿੱਠੀਆਂ ਖਤਮ ਮੋਬਾਈਲ ਆ ਗਿਆ ਘੜੀਆਂ ਖਤਮ ਮੋਬਾਈਲ ਆ ਗਿਆ ਰੇਡੀਓ ਖਤਮ ਮੋਬਾਈਲ ਆ ਗਿਆ MP3 ਖਤਮ ਮੋਬਾਈਲ ਆ ਗਿਆ ਟਾਰਚਾ ਖਤਮ ਮੋਬਾਈਲ ਆ ਗਿਆ ਕੈਮਰੇ ਖਤਮ ਮੋਬਾਈਲ ਆ ਗਿਆ ਕੈਲਕੂਲੇਟਰ ਖਤਮ ਮੋਬਾਈਲ ਆ ਗਿਆ ਕੰਪਿਊਟਰ ਖਤਮ ਮੋਬਾਈਲ ਆ ਗਿਆ ਲੈਪਟਾਪ ਖਤਮ ਮੋਬਾਈਲ ਆ ਗਿਆ ਸਕੂਨ ਖਤਮ ਮੋਬਾਈਲ ਆ ਗਿਆ ਫੋਟੋਗ੍ਰਾਫੀ ਦਾ ਧੰਦਾ ਖਤਮ ਜੇ ਮੋਬਾਈਲ ਵਾਇਸ ਦਿਹਤਾ ਗਿਆ ਸਮਝੋ ਬੰਦਾ ਖਤਮ ਹੁਣ ਪ੍ਰੋਗਰਾਮ ਵੀ ਖਤਮ ਸਾਡੇ ਅੱਜ ਦੇ ਮਹਿਮਾਨ ਵੱਲੋਂ ਦੱਸੀ ਗਈ ਕੰਮ ਦੀ ਗੱਲ ਤੁਹਾਨੂੰ ਕਿਹੋ ਜਿਹੀ ਲੱਗੀ ਜ਼ਰੂਰ ਦੱਸਿਓ ਤੇ ਹੁਣ ਇੱਕ ਨਜ਼ਰ ਕੁਝ ਨਵੇਂ ਪੰਜਾਬੀ ਗੀਤਾਂ ਵੱਲ ਉੱਗੇ ਸੂਫੀ ਗਾਇਕ ਸਤਿੰਦਰ ਸਰਤਾਜ ਨੇ 23 10 ਸਤੰਬਰ ਨੂੰ ਆਪਣਾ ਨਵਾਂ ਗਾਣਾ ਤਿਤਲੀ YouTube ਤੇ ਰਿਲੀਜ਼ ਕਰ ਦਿੱਤਾ ਇਸ ਗੀਤ ਨੂੰ ਲਿਖਿਆ ਗਾਇਆ ਤੇ ਕੰਪੋਜ਼ ਖੁਦ ਸਤਿੰਦਰ ਸਰਤਾਜ ਵੱਲੋਂ ਕੀਤਾ ਗਿਆ ਜਦਕਿ ਸੰਗੀਤ ਬੀਟ ਮਨਿਸਟਰ ਨੇ ਦਿੱਤਾ ਹੈ ਦਰਸ਼ਕਾਂ ਵੱਲੋਂ ਇਸ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਜਿਸ ਦਾ ਅੰਦਾਜ਼ਾ ਕੁਝ ਘੰਟਿਆਂ ਵਿੱਚ ਹੀ ਇਸ ਨੂੰ ਮਿਲੇ ਲੱਖਾਂ ਵਿਊਜ਼ ਤੋਂ ਲਗਾਇਆ ਜਾ ਸਕਦਾ ਹੈ ਇਸੇ ਤਰ੍ਹਾਂ ਬਾਲੀਵੁੱਡ ਦੀ ਵੱਡੀ ਸੰਗੀਤ ਕੰਪਨੀ ਠਮਾਕਾ ਰਿਕਾਰਡਸ ਵੱਲੋਂ ਐਮੀ ਵਿਰਕ ਤੇ ਅਸੀਸ ਖੋੜ ਦਾ ਇੱਕ ਦੋ ਗਾਣਾ ਸਾਡੀ ਜੋੜੀ ਬਲੌਕਬਸਟਰ ਹੈ 23 ਸਤੰਬਰ ਨੂੰ ਰਿਲੀਜ਼ ਹੋ ਚੁੱਕਿਆ ਹੈ ਇਸ ਗੀਤ ਦੇ ਨਿਰਮਾਤਾ ਪ੍ਰਿਆੰਕ ਕੇ ਸ਼ਰਮਾ ਤੇ 파ਸ ਕੇ ਮਹਿਤਾ ਨੇ ਦੱਸਿਆ ਕਿ ਇਸ ਗੀਤ ਵਿੱਚ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਸੁਨਾਖੀ सिन्हा ਤੇ ਜ਼ਾਹਿਰ ਇਕਬਾਲ ਨੇ ਵੀ ਅਦਾਕਾਰੀ ਕੀਤੀ ਹੈ ਬਾਲੀਵੁੱਡ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਮਸ਼ਹੂਰ ਟੀਵੀ ਐਕਟ੍ਰੈਸ ਨਿਸ਼ੀ ਸਿੰਘ ਦਾ ਬੇਤਹਾਤਵਰ ਨੂੰ 50 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਮੇਰੀ ਜਾਣਕਾਰੀ ਮੁਤਾਬਕ ਉਹਨਾਂ ਨੂੰ ਪਿਛਲੇ 3 ਸਾਲਾਂ ਦੌਰਾਨ 3 ਵਾਰ ਲਕਵੇ ਦੇ ਦੌਰੇ ਪੈਸਨ ਉਹ ਬਹੁਤ ਚਰਚਿਤ ਟੀਵੀ ਸੀਰੀਅਲ ਇਸ਼ਕਬਾਜ਼ ਕਬੂਲ ਹੈ ਤੇ ਤਨਾਲੀ ਰਾਮ ਵਿੱਚ ਅਦਾਕਾਰੀ ਕਰ ਚੁੱਕੀ ਹੈ ਉਹਨਾਂ ਪਿੱਛੋਂ ਪਰਿਵਾਰ ਵਿੱਚ ਉਹਨਾਂ ਦਾ ਪਤੀ ਤੇ ਦੋ ਬੱਚੇ ਨੇ ਇਸੇ ਤਰ੍ਹਾਂ ਇੱਕ ਦੁਖਤ ਖਬਰ ਦੱਖਣੀ ਸਿਨੇਮਾ ਤੋਂ ਸੂਤਰਾਂ ਅਨੁਸਾਰ 29 ਸਾਲਾ ਅਦਾਕਾਰਾ ਪੋਲਨੇ ਦੇ ਜੈਸਕ ਨੇ ਚੇਨਈ ਸਥਿਤ ਆਪਣੇ ਅਪਾਰਟਮੈਂਟ ਵਿੱਚ ਆਤਮ ਹੱਤਿਆ ਕਰ ਲਈ ਇਸ ਘਟਨਾ ਮਗਰੋਂ ਦੱਖਣੀ ਸਿਨੇਮਾ ਤੇ ਉਹਨਾਂ ਦੇ ਫੈਨਸ ਚ ਸ਼ੋਕ ਦੀ ਲਹਿਰ ਧੜ ਗਈ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬੀ ਸਕਰੀਨ ਕਲੱਬ ਪ੍ਰਾਤਨ ਸੰਗੀਤ ਨੂੰ ਨਵੀਂ ਪੀੜੀ ਨਾਲ ਜੋੜਨ ਦੇ ਮਕਸਦ ਨਾਲ ਚੇਰਾਂ ਤੋਂ 올ਡ ਇਸ ਗੋਲ ਨਾਮੀ ਸੰਗੀਤਕ ਪ੍ਰੋਗਰਾਮ ਕਰਵਾਉਂਦੀ ਆ ਰਹੀ ਹੈ ਹੁਣ ਇਸ ਸੰਸਾ ਵੱਲੋਂ ਅੰਮ੍ਰਿਤਸਰ ਦੇ ਜੰਪਲ ਬਾਲੀਵੁੱਡ ਗਾਇਕ ਮਹਿੰਦਰ ਕਪੂਰ ਦੀ ਵਰਸੀ ਮੌਕੇ 14ਵੀਂ 올ਡਿਸ ਗੋਲਡ ਮਹਿੰਦਰ ਕਪੂਰ ਨਾਈਟ ਦਾ ਆਯੋਜਨ 24 ਸਤੰਬਰ ਨੂੰ ਕੀਤਾ ਜਾ ਰਿਹਾ ਹੈ ਪੰਜਾਬੀ ਸਕ੍ਰੀਨ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਅਰੋੜਾ ਨੇ ਗੱਸਿਆ ਕਿ ਜੀਵਨ ਚੱਲਨੇ ਕਾ ਨਾਮ ਦੇ ਟਾਈਟਲ ਵਾਲੇ ਇਸ ਪ੍ਰੋਗਰਾਮ ਵਿੱਚ ਮੁੰਬਈ ਤੋਂ ਉੱਚੇ ਚੇ ਤੌਰ ਤੇ ਮਹਿੰਦਰ ਕਪੂਰ ਦਾ ਬੇਟਾ ਰੋਹਾਨ ਕਪੂਰ ਸ਼ਿਰਕਤ ਕਰ ਰਿਹਾ ਹੈ ਅੰਮ੍ਰਿਤਸਰ ਦੀ ਮੇਰੀ ਪਿਆਰੀ ਪਿਆਰੀ ਪਹਿਨਾ ਮੇਰੇ ਵੀਰ ਮੇਰੇ ਬੱਚੇ ਮੇਰੇ ਬਜ਼ੁਰਗ ਸਾਰਿਆਂ ਨੂੰ रोहन महेंद्र कपूर का प्यार बना नमस्कार सत श्रीकाल इस सताई सितंबर को मेरे पिता ते पंजाब दे दान अमृतसर दे बेटे ते दुनिया दे सुप्रसिद्ध गायक श्री महेंद्र कपूर जी ने सानू छड़िया पूरे चौदह साल हो जाएंगे गए उन्होंने आज पंजाब स्क्रीन ने यानी दलजीत सिंह जी ने तरलोचन तोशी जी ने ਸਾਰੇ ਨਿੰ ਮਿਲ ਕੇ ਇੱਕ ਬੜੀ ਸ਼ਾਨਦਾਰ ਸ਼ਾਮ ਰੱਖੀ ਹੈ ਜਿਹੜੀ 24 ਤਰੀਕ ਨੂੰ ਹੈ ਮੈਂ ਚਾਹਨਾ ਕਿ ਤੁਸੀਂ ਸਾਰੇ ਆਓ ਉੱਥੇ ਬੜੇ ਅਛੇ ਅਛੇ ਪੰਜਾਬ ਦੇ ਸਿੰਗਰਾਂ ਦੇ ਗਾਣੇ ਗਾਨ ਕੇ ਬੱਚਿਆਂ ਦੇ ਪਰਫਾਰਮ ਕਰਨਗੇ ਤੇ ਮੈਂ ਵੀ ਉੱਥੇ ਹਾਜ਼ਰ ਰਵਾਂਗਾ ਮੈਂ ਇਸ ਪ੍ਰੋਗਰਾਮ ਉਸੇ ਖਾਸ ਉਤਿਆਰਿਆ ਜਿਸ ਜੋ ਕਹੋਗੇ ਮੈਂ ਕਰਾਂਗਾ ਅਸੀਂ ਸਾਰੇ ਨਿੰ ਮਿਲ ਕੇ ਇਹ ਸ਼ਾਮ ਨੂੰ ਇੱਕ ਸ਼ਾਨਦਾਰ ਇੱਕ ਯਾਦਗਾਰ ਸ਼ਾਮ ਬਣਾਣਾ ਹੈ ਪਲੀਜ਼ ਆਣਾ ਤੁਮ ਸਾਰੇ ਨੂੰ ਸਵਾਗਤ ਹੈ ਸਸ੍ਰੀ ਕਾਲ ਜੀ ਅਮਰਸਰ ਦੇ ਪੰਜਾਬ ਨਾਟਸ਼ਾਲਾ ਵਿੱਚ ਹੋਣ ਵਾਲੀ ਇਸ ਸੁਰਮਈ ਸ਼ਾਮ ਦੇ ਪ੍ਰੋਗਰਾਮ ਹੈਡ ਪਲੇਬੈਕ ਸਿੰਗਰ ਤਲੋਚਨ ਤੋਚੀ ਹੋਣਗੇ ਪ੍ਰੋਗਰਾਮ ਦੀ ਮੇਜ਼ਬਾਨੀ ਫਿਲਮ ਅਦਾਕਾਰ ਅਰਵਿੰਦਰ ਪੱਟੀ ਕਰਨਗੇ ਫਿਲਮ ਸੰਗੀਤ ਤੇ ਥੀਏਟਰ ਜਗਤ ਦੀਆਂ ਉੱਗੀਆਂ ਹਸਤੀਆਂ ਇਸ ਸੰਗੀਤਕ ਸ਼ਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਣਗੇ ਉਹ ਕੇ ਕਲਾ ਪ੍ਰੇਮੀ ਅਮਰਸਰ ਉਤਰੀ ਤੋਂ ਵਿਧਾਇਕ ਡਾਕਟਰ ਕੁਮਰ ਵਿਜੇ ਪ੍ਰਤਾਪ ਸਿੰਘ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਇਸ ਹਫ਼ਤੇ ਆਪਣਾ ਜਨਮ ਦਿਨ ਮਨਾਉਣ ਵਾਲੀਆਂ ਖਾਸ ਫਿਲਮੀ ਹਸਤੀਆਂ ਹਨ ਪ੍ਰੇਮ ਚੋਪੜਾ 23 ਸਤੰਬਰ ਜਸਬੀਰ ਜੱਸੀ 23 ਸਤੰਬਰ ਰਤਨ ਔਲਖ 23 ਸਤੰਬਰ ਅੰਸ਼ੂ ਸਹਾਨੇ 25 ਸਤੰਬਰ ਦਿਵਿਆ ਦੱਤਾ 25 ਸਤੰਬਰ ਸ਼ਿਪਰਾ ਗੋਇਲ 25 ਸਤੰਬਰ ਮਨਮੋਹਨ ਸਿੰਘ 26 ਸਤੰਬਰ ਨਵ ਬਾਜਵਾ 26 ਸਤੰਬਰ ਸਿਮਰਨ ਜੀ ਸਿੰਘ ਹੁੰਦਲ 26 ਸਤੰਬਰ ਚੰਕੀ ਪਾਂਡੇ 26 ਸਤੰਬਰ तीरش कुमार 27 ਸਤੰਬਰ ਰਵੀ ਚੋਪੜਾ 27 ਸਤੰਬਰ ਗੌਰਵ ਤਰੇਹਨ 28 ਸਤੰਬਰ ਰਣਬੀਰ ਕਪੂਰ 28 ਸਤੰਬਰ ਅਵਤਾਰ ਗਿਲ 28 ਸਤੰਬਰ ਰਕੇਸ਼ ਮਹਿਤਾ 29 ਸਤੰਬਰ ਵਾਮਿਕਾ ਗੱਬੀ 29 ਸਤੰਬਰ ਤੇ ਚੰਦਨ ਪ੍ਰਭাকর 29 ਸਤੰਬਰ ਪੰਜਾਬੀ ਸਕਰੀਨ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਇਸ ਹਫਤੇ ਜਨਾਹ ਖਾਸ ਪੰਜਾਬੀ ਫਿਲਮਾਂ ਦੀ ਸਾਲਗिराਹਾਂ ਉਹਨਾਂ ਚ ਸ਼ਾਮਲ ਹਨ ਸਾਲ 16ਵਾਂ ਚੜਿਆ 23 ਸਤੰਬਰ 1977 ਆਜ ਦੀ ਹੀਰ 23 ਸਤੰਬਰ 1988 ਜਗਵਾਲਾ ਮੇਲਾ 23 ਸਤੰਬਰ 1988 ਯਾਰਾ ਉਹ ਦਿਲਦਾਰਾ 23 ਸਤੰਬਰ 2011 ਸਵਾ ਲੱਖ ਸੇ ਇੱਕ ਲੜਾਉ 24 ਸਤੰਬਰ 1976 ਸਾਲੀ ਅੱਧੀ ਘਰ ਵਾਲੀ 24 ਸਤੰਬਰ 1993 ਫਸ਼ਰ 26 ਨਵੰਬਰ 2008 ਜੱਗਾ ڈاکੂ 27 ਨਵੰਬਰ 1941 ਦੁਸ਼ਮਣੀ ਦੀ ਅਗ 28 ਨਵੰਬਰ 1990 ਤੇ ਕਿਰਦਾਰ ਸਰਦਾਰ 29 ਨਵੰਬਰ 2017 ਤੇ ਚਲਦੇ ਚਲਦੇ ਮਨੋਰੰਜਨ ਜਗਤਨਾਥ ਜੁੜੀਆਂ ਕੁਝ ਹੋਰ ਖਬਰਾਂ ਚੋਂ ਖਬਰ ਕੁਝ ਇਸ ਤਰ੍ਹਾਂ ਇਸਨ ਬੀਤੇ ਹਫਤੇ ਦੀਆਂ ਫਿਲਮੀ ਖਬਰਾਂ ਤੇ ਮਿਲਦੇ ਹਾਂ ਅਗਲੇ ਸ਼ੁੱਕਰਵਾਰ ਨਵੀਆਂ ਖਬਰਾਂ ਨਾਲ ਅਰਵਿੰਦਰ ਸਿੰਘ ਪਟੀਨੂ ਦੇਓ ਇਜਾਜ਼ਤ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਡਾ ਬੁਲੇਟਿਨ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਆਪਣੀ ਰਾਏ ਦਿਓ ਅਤੇ ਪੰਜਾਬੀ ਸਕਰੀਨ ਐਂਟਰਟੇਨਮੈਂਟ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੇ ਪੰਜਾਬੀ ਸਕਰੀਨ ਮੈਗਜ਼ੀਨ ਦੇ ਫੇਸਬੁੱਕ ਇੰਸਟਾਗ੍ਰam ਅਤੇ ਟਵਿੱਟਰ ਪੇਜ ਨੂੰ ਫੋਲੋ ਕਰੋ ਧੰਨਵਾਦ